ਸ਼੍ਰੀ ਅਗਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਸਮੇਤ ਪੂਰੇ ਦੇਸ਼ ਚੋਂ ਲੱਗੀ ਇਟਾਂ ਦੀ ਵਿਕਰੀ ਤੇ ਰੋਕ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿੱਚ ਆਲ ਇੰਡੀਆ ਬ੍ਰਿਕ ਐਂਡ ਟਾਈਲ ਮੈਨੂਫੈਕਚਰਰਜ਼ ਫੈਡਰੇਸ਼ਨ ਦੇ ਸੱਦੇ ਤੇ ਦੇਸ਼ਪੁਰ ਦੇ ਪੱਠਿਆਂ ਨੂੰ ਅਨਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਇਸ ਅੰਦੋਲਨ ਦੇ ਦੂਜੇ ਪੜਾ ਦਾ ਐਲਾਨ ਕਰਦੇ ਆਂ ਪੱਠਾ ਤੇ ਟਾਈਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਓਮ ਵੀਰ ਨੇ ਦੇਸ਼ ਭਰ ਦੇ ਵਿੱਚ 12 ਸਤੰਬਰ ਤੋਂ 17 ਸਤੰਬਰ ਤੱਕ ਇਟਾਂ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਲਾਲ ਇਟਾਂ ਦੀ ਵਿਕਰੀ ਤੇ ਜੀਐਸਟੀ ਦੀ ਦਰ ਵਿੱਚ ਬੇਹਤਾਸ਼ਾਵਾਦ ਅਤੇ ਕੋਲੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਪੱਠਾ ਮਾਲਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਸ ਅਪੀਲ ਦੇ ਤਹਿਤ ਜਿੱਥੇ ਹੋਰ ਨਾਲ ਸੂਬਿਆਂ ਦੇ ਵਿੱਚ ਇਸ ਲਹਿਰ ਨੂੰ ਪੂਰਾ ਹੁਲਾਰਾ ਮਿਲ ਰਿਹਾ ਉੱਥੇ ਹੀ ਪੰਜਾਬ ਪੱਠਾ ਮਾਲਕ ਐਸੋਸੀਏਸ਼ਨ ਨੇ ਵੀ ਇਸ ਦਾ ਪਰਜੋਰ ਸਮਰਥਨ ਕੀਤਾ ਪੰਜਾਬ ਐਸੋਸੀਏਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੇਰੂਜਾ ਸੇਲ ਸਪਲਾਈ ਹੜਤਾਲ ਪੂਰੀ ਤਰ੍ਹਾਂ ਜਾਰੀ ਰਹੇਗੀ ਉਹਨਾਂ ਨੇ ਕਿਹਾ ਜੇਕਰ ਇਟਾਂ ਤੇ ਜੀਐਸਟੀ ਦਰਾਂ ਨਾ ਘਟਾਈਆਂ ਗਈਆਂ ਤਾਂ ਪੱਠਿਆਂ ਤੇ ਕੋਲੇ ਦੀ ਸਪਲਾਈ ਦਾ ਜਿਹੜਾ ਤੋਸ ਪ੍ਰਬੰਧ ਨਾ ਕੀਤੇ ਗਏ ਤਾਂ ਇਟਾਂ ਦੀ ਵਿਕਰੀ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀ ਜਾਵੇਗੀ ਜੋ ਲੋਕ ਲਾ ਰਹੇ ਸੀ ਆਮ ਆਦਮੀ ਪਾਰਟੀ ਮੁਰਦਾ ਨਾਮ ਬਾਅਦ ਦੇ ਨਾਰੇ ਕੁਝ ਮਿੰਟਾਂ ਦੇ ਵਿੱਚ ਕਰਨ ਲੱਗੇ ਜਿੰਦਾਬਾਦ ਇੱਕ ਵਾਰ ਫਿਰ ਬਟਾਲਾ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਜਨਮਾਸ ਯਾਨੀ ਕਿ ਲੋਕਾਂ ਦੀ ਸੋਚ ਨੂੰ ਬਦਲਦੇ ਦੇਰ ਨਹੀਂ ਲੱਗਦੀ ਸਮੱਸਿਆ ਹੱਲ ਹੋਣ ਤੋਂ ਬਾਅਦ ਹੋਣ ਜਾਂ ਨਾ ਹੋਣ ਤੋਂ ਬਾਅਦ ਦੀ ਗੱਲ ਹੈ ਕੋਈ ਲੀਡਰ ਪਾ ਕੇ ਉਹਨਾਂ ਦੀ ਸਮੱਸਿਆ ਹੱਲ ਕਰਨ ਦੀ ਯਕੀਨੀ ਕਰ ਲਵੇ ਤਾਂ ਉਸ ਦੇ ਵਿਰੋਧ ਵਿੱਚ ਉੱਠਦੀਆਂ ਆਵਾਜ਼ਾਂ ਵੀ ਉਸ ਦੇ ਹੱਕ ਵਿੱਚ ਹੋ ਜਾਂਦੀਆਂ ਨੇ ਬਟਾਲਾ ਦੇ ਬਾਹਰਵਲੇ ਇਲਾਕੇ ਪੰਡਾਰੀ ਗੇਟ ਵਿੱਚ ਲੋਕਾਂ ਦੇ ਇਕੱਠ ਕੀਤਾ ਗਿਆ ਤੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੱਦਾ ਗਿਆ ਇਕੱਠ ਹੋਏ ਲੋਕਾਂ ਵੱਲੋਂ ਵਿਧਾਇਕ ਦੇ ਆਉਣ ਤੋਂ ਪਹਿਲਾਂ ਆਮ ਆਦਮੀ ਤੇ ਨਗਰ ਨਿਗਮ ਬਟਾਲਾ ਮੁਰਦਾਬਾਦ ਦੇ ਨਾਅਰੇ ਲਾਏ ਗੇ ਪਰ ਜਦ ਵਿਧਾਇਕ ਪਹੁੰਚੇ ਤਾਂ ਇਹਨਾਂ ਸਮੱਸਿਆ ਨੂੰ ਹਰ ਹਾਲ ਦੇ ਵਿੱਚ ਹੱਲ ਕਰਨ ਦਾ ਵਾਦਾ ਕੀਤਾ ਤਾਂ ਫਿਰ ਇਹ ਨਾਰੇ ਜਿੰਦਾਬਾਦ ਵਿੱਚ ਬਦਲ ਗਏ ਕਿਉਂਕਿ ਲੋਕਾਂ ਦਾ ਕਹਿੰਦੇ ਕੋਈ ਸਟੈਂਡ ਨਹੀਂ ਹੁੰਦਾ ਪਰ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਉਸ ਮਾਮਲਾ ਕੂੜੇ ਦੇ ਡੰਪ ਨੂੰ ਲੈ ਕੇ ਭੱਖਿਆ ਜੀ ਇਲਾਕੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਕੂੜੇ ਦਾ ਡੰਪ ਨਾ ਬਣਾਇਆ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਕੂੜੇ ਦਾ ਡੰਪ ਬਣ ਜਾ ਰਿਹਾ ਜੀ ਉਸ ਦੇ ਕੋਲੇ ਦੋ ਮੰਦਰਾਂ ਹਨ ਤੇ ਬਟਾਲਾ ਦੀ ਸਭ ਤੋਂ ਸੋਹਣੀ ਪਾਰਕ ਹੈ ਤੇ ਨਾਲ ਹੀ ਸ਼ਮਸ਼ਾਨ ਘਾਟ ਹੈ ਗੈਂਗਸਟਰਾਂ ਤੇ NIA ਦੀ ਕਾਰਵਾਈ ਲਾਰੈਂਸ ਬਿਸ਼ਨੋਈ ਬੰਬਈਆਂ ਸਮੇਤ ਹੋਰ 60 ਟਿਕਾਣਿਆਂ ਤੇ ਛਾਪੇਮਾਰੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਂਗਸਟਰ ਦੇ ਪੂਰੇ ਨੈਟਵਰਕ ਨੂੰ ਖਾੜਸੁੱਟਣ ਤੇ ਹੁਕਮਾਂ ਦੇ ਚੱਲਦਿਆਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਕਾਲਾ ਜਥੇਦੀ ਤੇ ਬੰਬਈਆ ਅਤੇ ਕੌਸ਼ਲ ਚੌਧਰੀ ਦੇ ਖਿਲਾਫ ਤਾਜ਼ਾ ਦਰਜ ਮਾਮਲਿਆਂ ਦੇ ਸਬੰਧ ਵਿੱਚ ਭਾਰਤ ਪਾਰਚੂ 60 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅੱਜ ਸਵੇਰੇ ਸ਼ੁਰੂ ਹੋਈ ਐਨਆਈਏ ਬਿਸ਼ਨੋਏ ਕਪਲ ਸਾਗਵਾਨ ਤੇ ਨੀਰਜ ਬਵਾਨਾ ਵਰਗੇ ਵੱਡੇ ਗੈਂਗਸਟਰ ਤੇ ਉਹਨਾਂ ਦੇ ਸੰਜੋਗੀਆਂ ਦੇ ਖਿਲਾਫ ਕਾਰਵਾਈ ਕਰਨ ਤੇ ਵਿਚਾਰ ਕਰ ਰਹੀ ਸੀ ਫਿਲਹਾਲ ਐਨਆਈਏ ਦੇ ਅਧਿਕਾਰੀਆਂ ਨੇ ਸੰਪਰਕ ਕਰਨ ਤੇ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਡੋਸੀਅਰ ਤਿਆਰ ਕੀਤਾ ਗਿਆ ਤੇ ਇਹਨਾਂ ਗਰੁੱਪਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਦੇ ਲਈ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲਈ ਗਈ ਸੀ ਰਾਜਸਥਾਨੀ ਵਿੱਚ ਗੈਂਗ ਚਲਾਉਣ ਵਾਲੇ ਗੈਂਗਸਟਰਾਂ ਨੇ ਸਪਸ਼ਟ ਤੌਰ ਤੇ ਆਪਣੇ ਅਪਰਾਧ ਤੇ ਸਿੰਡੀਗੇਟ ਨੂੰ ਸਚਾਰੂ ਟੰਗ ਨਾਲ ਚਲਾਉਣ ਦੇ ਲਈ ਦੋ ਮਹਾ ਗਠਨ ਬਣਾਏ ਹਨ ਤੇ ਉਹ ਪੈਨ ਇੰਡੀਆ ਨੈਟਵਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਲੁਧਿਆਣਾ ਦੇ ਵਿੱਚ ਜਿੰਮ ਮਾਲਕ ਨੇ ਖੁਦ ਨੂੰ ਮਾਰੀ ਗੋਲੀ ਪੁਲਿਸ ਜਾਂਚ ਦੇ ਵਿੱਚ ਜੁਟੀ ਲੁਧਿਆਣਾ ਵਿੱਚ ਜਿੰਮ ਮਾਲਕ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜੇ ਜਾਣਕਾਰੀ ਮੁਤਾਬਕ ਆਬੀ ਮਲਹੋਤਰਾ ਦਾ ਸਿਵਲ ਸਿਟੀ ਸੰਧੂ ਨਗਰ ਵਿਖੇ ਜਿਮ ਅਤੇ ਜਿਮ ਆਬੀ ਮਲਹੋਤਰਾ ਨੇ ਬੀਤੀ ਰਾਤ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਦਿੱਤੀ ਆ ਜਿਸ ਸਮੇਂ ਵਾਰਦਾਤ ਹੋਈ ਉਹ ਜਿਮ ਦੇ ਵਿੱਚ ਇਕੱਲਾ ਸੀ ਜੀਓਜੀ ਸਕੀਮ ਬੰਦ ਕਰਨ ਤੋਂ ਪੜ ਕੇ ਦੋ ਜ਼ਿਲ੍ਹਿਆਂ ਦੇ ਸਾਬਕਾ ਫੌਜੀਆ ਵੱਲੋਂ ਰੋਸ ਪ੍ਰਦਰਸ਼ਨ ਸੂਬੇ ਦੀ ਆਮ ਸਰਕਾਰ ਦੇ ਵੱਲੋਂ ਸਪੈਸ਼ਲੀ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਾਬੀਆਂ ਫੌਜੀਆਂ ਦੇ ਆਧਾਰਿਤ ਗਾਰਡੀਨਸ ਆਫ ਗਵਰਨੈਂਸ ਸਕੀਮ ਨੂੰ ਬੰਦ ਕਰਨ ਦੇ ਰੋਸ ਵਜੋਂ ਗੜ ਸ਼ੰਕਰ ਵਿੱਚ ਹੁਸ਼ਿਆਰਪੁਰ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਸਾਬਕਾ ਫੌਜੀਆਂ ਵੱਲੋਂ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਬੰਗਾ ਚੌਕ ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਕੈਬਨਟ ਮੰਤਰੀ ਫੌਦਾ ਸਿੰਘ ਸਰਾਰੀ ਦਾ ਪੁਤਲਾ ਸਾੜਿਆ ਗਿਆ ਜੇਕਰ ਤੁਹਾਡੇ ਘਰ ਵੀ ਬੇਟੀਆਂ ਦੇ ਖਾਤੇ ਵਿੱਚ ਬੇਟੀਆਂ ਤਾਂ ਖਾਤੇ 'ਚ ਆਉਣਗੇ 15000 ਰੁਪਏ ਅਸੀਂ ਤੁਹਾਨੂੰ ਅਜੇ ਹੀ ਸਕੀਮ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ ਜੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਬੇਟੀ ਲਈ 15000 ਰੁਪਏ ਲੈਣਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਜੋ ਟੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਜੀ ਟੀਆਂ ਪ੍ਰਤੀ ਨਕਾਰਤਮਕ ਸੋਚ ਕਰਨ ਉਹ ਸਿਹਤ ਸਿੱਖਿਆ ਵਰਗੇ ਮੌਲਿਕ ਅਧਿਕਾਰਾਂ ਤੋਂ ਹਮੇਸ਼ਾ ਵਾਂਝੀਆਂ ਰਹਿੰਦੀਆਂ ਨੇ ਐਸ ਨੂੰ ਖਤਮ ਕਰਨ ਦੇ ਲਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਜਿਹੀ ਯੋਜਨਾ ਲੈ ਕੇ ਆਈ ਹੈ ਜਿਸ ਦੇ ਤਹਿਤ ਧੀਆਂ ਨੂੰ ਸੂਬਾ ਸਰਕਾਰ ਵੱਲੋਂ 15000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜੀ ਸੂਬੇ ਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਦੀਆਂ ਲੜਕੀਆਂ ਲਈ ਕੰਨਿਆ ਸੁਮੰਗਲਾ ਯੋਜਨਾ ਲਿਆਂਦੀ ਗਈ ਹੈ ਜਿਸ ਤਹਿਤ ਧੀਆਂ ਨੂੰ 15000 ਰੁਪਏ ਸੂਬਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਸਰਕਾਰ ਦੀ ਕੰਨਿਆ ਸੁਮੰਗਲਾ ਯੋਜਨਾ ਤਹਿਤ ਬੇਟੀਆਂ ਨੂੰ 15000 ਰੁਪਏ ਦਾ ਲਾਭ 6 ਕਿਸ਼ਤਾਂ ਦੇ ਵਿੱਚ ਦਿੱਤਾ ਜਾਂਦਾ ਹੈ ਜਾਦੀ ਜਾਣਕਾਰੀ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫਸਲ ਨਹੀਂ ਵੇਚ ਸਕਣਗੇ ਨਹੀਂ ਮਿਲੇਗੀ ਐਮਐਸਪੀ ਝੋਨੇ ਦੇ ਸੀਜ਼ਨ ਦੌਰਾਨ ਦੂਜੇ ਸੂਬਿਆਂ ਤੋਂ ਸਮਗਲਿੰਗ ਰਾਹੀਂ ਪੰਜਾਬ ਆਉਣ ਵਾਲੇ ਝੋਨੇ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਝੋਨਾ ਜਾਂ ਹੋਰ ਫਸਲ ਨਹੀਂ ਵੇਚ ਸਕਣਗੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਤੇ ਔਸਤ ਫਸਲ ਦੀ ਕੰਪਿਊਟਰ ਜੋ ਰਜਿਸਟਰੀ ਕਰ ਦਿੱਤੀ ਆ ਕੰਪਿਊਟਰ ਉਸ ਤੋਂ ਬਾਅਦ ਫਸਲ ਦਾ ਡਾਟਾ ਨਹੀਂ ਚੁਕੇਗਾ ਜੇ ਝੋਨਾ ਜ਼ਿਆਦਾ ਮਿਲਿਆ ਤਾਂ ਐਮਐਸਪੀ ਰੱਦ ਕਰ ਦਿੱਤੀ ਜਾਵੇਗੀ ਮਿਲਿੰਗ ਪਾਲਸੀ ਨੂੰ ਵੀ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾ ਰਿਹਾ ਜੀ ਝੋਨਾ ਲੱ ਜਾਣ ਵਾਲੇ ਵਾਹਨਾਂ ਦੇ ਵਿੱਚ ਲੱਗੇ ਜੀਪੀਐਸ ਇਲੈਕਟ੍ਰਿਕ ਮੀਟਰ ਅਤੇ ਕੈਮਰੇ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ ਪੰਜਾਬ ਮੰਡੀ ਬੋਰਡ ਨੇ 82485 ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਦਾ ਪੂਰਾ ਰਿਕਾਰਡ ਦਰਜ ਕਰਵਾ ਲਿਆ ਹੈ ਇਹ ਪ੍ਰਕਿਰਿਆ ਨਿਰੰਤਰ ਜਾਰੀ ਹੈ ਤੇ ਝੋਨਾ ਆਉਣ ਤੋਂ ਪਹਿਲਾਂ ਪਹਿਲਾਂ ਪੂਰੀ ਕਰ ਲਈ ਜਾਵੇਗੀ। ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ 14 ਸਤੰਬਰ ਨੂੰ ਪਾਰਿਮੀ ਪੈਣ ਦੀ ਸੰਭਾਵਨਾ ਲੁਧਿਆਣਾ ਸ਼ਹਿਰ ਵਿੱਚ ਬਾਅਦ ਦੁਪਹਿਰ ਕਰੀਬ 2 ਘੰਟੇ। ਪੈਮੀ ਦੇ ਨਾਲ ਲੁਧਿਆਣੇ ਵਿੱਚ ਮੌਸਮ ਤਾਂ ਸੁਹਾਵਣਾ ਹੋ ਗਿਆ ਜੀ ਮੀਂਹ ਨਾਲ ਗਰਮੀ ਪੂਰੀ ਤਰ੍ਹਾਂ ਗਾਇਬ ਹੋ ਗਈ ਤੇ ਮੌਸਮ ਠੰਡਾ ਹੋ ਗਿਆ। ਸ਼ਹਿਰ ਦੇ ਵਿੱਚ 45 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਮੌਸਮ ਦਾ ਮਜਾਜ ਫੇਰ ਬਦਲ ਗਿਆ ਸਵੇਰੇ ਬੱਦਲ ਗਾਇਬ ਹੋ ਗਏ ਤੇ ਸੂਰਜ ਚਮਕ ਰਿਹਾ ਸਵੇਰੇ। 8 ਵਜੇ ਤੇ ਕਰੀਬ ਸੂਰਜ ਬਹੁਤ ਤੇਜ਼ ਨਿਕਲਿਆ ਇਸ ਦੌਰਾਨ ਪਾਰਾ ਵੀ 19 ਡਿਗਰੀ ਸੈਲਸੀਅਸ ਰਿਹਾ ਜਦਕਿ 에ਅਰ ਕੁਆਲਿਟੀ ਇੰਡੈਕਸ 105 ਦਰਿਆ ਮੌਸਮ ਵਿਭਾਗ ਦੀ ਭੂਖ ਬਾਣੀ ਮੁਤਾਬਕ ਅੱਜ ਮੌਸਮ ਸਾਫ਼ ਰਹੇਗਾ ਤੇ ਕੱਲ ਤੋਂ ਬਦਲ ਸਕਦਾ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਖੋਲਿਆ ਮੋਰਚਾ ਪੰਜਾਬ ਭਰ ਦੇ ਵਿੱਚ ਦੇਣਗੇ ਤਰਨਾ ਕੈਬਨਟ ਮੰਤਰੀਆਂ ਤੇ ਵਿਧਾਇਕਾਂ ਦਾ ਕਰਨਗੇ ਘਰਾਓ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ 31 ਥਾਵਾਂ ਤੇ ਪ੍ਰਦਰਸ਼ਨ ਕਰੇਗਾ ਸੱਤ ਕਿਸਾਨ ਸੱਤ ਕੈਬਨਿਟ ਮੰਤਰੀ ਤੇ 14 ਵਿਧਾਇਕਾਂ ਦੇ ਘਰਾਂ ਦਾ ਕਰਾਉ ਕਰਨਗੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਨਹੀਂ ਸਗੋ ਸਾਰੀਆਂ ਪਾਰਟੀਆਂ ਦੇ ਚੁਣੇ ਹੋਏ ਵਿਧਾਇਕਾਂ ਦੇ ਘਰਾਂ ਦਾ ਕਰਾਉ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਤੇ ਉਹਨਾਂ ਦੀਆਂ ਕੁਝ ਨੀਤੀਆਂ ਪੰਜਾਬ ਵਿਰੋਧੀ ਨੇ ਕਿਸਾਨ ਆਗੂ ਸਰਵਣ ਪੰਦੇਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਨਿੱਜੀ ਹੱਥਾਂ ਦੇ ਵਿੱਚ ਦੇਣ ਜਾ ਰਹੀ ਹੈ ਕਿਹੜੀਆਂ ਕੰਪਨੀਆਂ ਪੰਜਾਬ ਦੇ ਲੋਕਾਂ ਨੂੰ ਸਾਫ਼ ਕਰਕੇ ਵੇਚਣਗੀਆਂ ਇਹ ਵਿਸ਼ਵ ਸਿਹਤ ਸੰਗਠਨ ਦਾ ਪ੍ਰੋਜੈਕਟ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵਾਅਦੇ ਮੁਤਾਬਕ ਕਿਸਾਨਾਂ ਤੇ ਕੀਤੇ ਪਰਚੇ ਹਾਲੇ ਤੱਕ ਰੱਦ ਨਹੀਂ ਕੀਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਸੁਆਮੀਨਾਥਰ ਰਿਪੋਰਟ ਅਨੁਸਾਰ ਫਸਲਾਂ ਦੀ ਅਦਾਇਗੀ ਸਾਰੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਕਾਰਪੋਰੇਟ ਜਗਤ ਦੀ ਤਰਫੋਂ ਪਾਣੀ ਨੂੰ ਦੁਸ਼ਤ ਕਰਨ ਕਿਸਾਨ ਸੰਘਰਸ਼ ਵਿੱਚ ਮਾਰੇ ਗਏ ਕਿਸਾਨਾਂ ਨੂੰ ਮਆਵਜ਼ਾ ਤੇ ਨੌਕਰੀਆਂ ਦੇਣ ਦੀ ਮੰਗ ਵੀ ਉਠਾਈ ਪਰ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਖਤੀ ਨਹੀਂ ਸਗੋ ਪਿਆਰ ਦੇ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕੇਗੀ ਪੰਜਾਬ ਸਰਕਾਰ ਖੇਤੀਬਾੜੀ ਮੰਤਰੀ ਢਾਲੀਵਾਲ ਨੇ ਦੱਸਿਆ ਪੂਰਾ ਪਲਾਨ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕੇਗੀ ਪਰ ਸਖਤੀ ਦੀ ਬਜਾਏ ਪਿਆਰ ਦੇ ਨਾਲ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਖਾਸ ਪਲਾਨ ਤਿਆਰ ਕੀਤਾ ਗਿਆ ਸਰਕਾਰ ਇੱਕ ਪਾਸੇ ਕਿਸਾਨਾਂ ਨੂੰ ਜਾਗਰੂਕ ਕਰੇਗੀ ਤੇ ਦੂਜੇ ਪਾਸੇ ਪਰਾਲੀ ਲਈ ਟੁਕਵੇਂ ਪ੍ਰਬੰਧਨ ਲਈ ਮਸ਼ੀਨਾਂ ਵੰਡੀਆਂ ਜਾਣਗੀਆਂ ਹੁਣ ਤੇ ਭਗਵੰਤਮਾਨ ਸਰਕਾਰ ਨੇ ਝੂਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦੇਣ ਦੀ ਤਸਵੀਜ ਰੱਖੀ ਆ ਤੇ ਇਹ ਸੁਝਾਅ ਪੇਸ਼ ਕਰਦੇ ਆ ਕਿ ਖਰਾਸੀ ਚ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੇਂਦਰ ਸਰਕਾਰ ਦਵੇਗੀ ਜਦ ਕਿ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੰਜਾਬ ਅਤੇ ਦਿੱਲੀ ਸਰਕਾਰਾਂ ਵੱਲੋਂ ਦਿੱਤੀਆਂ ਜਾਣਗੀਆਂ ਪਰ ਕੇਂਦਰ ਇਸ ਤਸਵੀਜ ਨੂੰ ਠੁਕਰਾ ਦਿੱਤਾ ਹੈ ਖੇਤੀਬਾੜੀ ਅਤੇ ਕਿਸਾਨ ਪਲਾਇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਪੂਰਾ ਪਲਾਨ ਦੱਸਿਆ ਉਹਨਾਂ ਨੇ ਕਿ ਅੱਜ ਸੂਬਾ ਸਰਕਾਰ ਚ ਚੋਣੇ ਦੇ ਵਾੜੀ ਦੇ ਆਗਾਮੀ ਸੀਜ਼ਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕੇਗੀ ਖੇਤੀਬਾੜੀ ਵਿਭਾਗ ਨੇ ਪਰਾਲੀ ਦੇ ਪ੍ਰਬੰਧਨ ਲਈ ਕੰਮ ਅਕਸੇ ਕਰ ਲਏ ਨੇ 56000 ਮਸ਼ੀਨਾਂ ਵੰਡੀਆਂ ਜਾਣਗੀਆਂ ਤੇ ਮਸ਼ੀਨਾਂ ਦੀ ਕੁੱਲ ਗਿਣਤੀ 146422 ਹੋ ਜਾਵੇਗੀ ਤਖਤ ਸ਼੍ਰੀ ਪਡਣਾ ਸਾਹਿਬ ਵਿੱਚ ਪੇਟ ਕੀਤੇ ਗਏ 5 ਕਰੋੜ ਰੁਪਏ ਦੇ ਹੀਰੇ ਤੇ ਸੋਨੇ ਦੇ ਗਹਿਣੇ ਨਕਲੀ ਨਿਕਲੇ ਤਖਤ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੇਟ ਕੀਤੇ ਗਏ ਕਰੀਬ 5 ਕਰੋੜ ਰੁਪਏ ਦੇ ਕੀਮਤ ਦੇ ਹੀਰੇ ਗਹਿਣੇ ਅਤੇ ਸੋਨੇ ਦੀਆਂ ਵਸਤੂਆਂ ਨਕਲੀ ਨਿਕਲੀਆਂ ਨੇ ਪਾਬ ਦੇ ਇਸ ਮਾਤਰਾ ਵਿੱਚ ਸੋਨੇ ਦੀ ਸ਼ੁੱਧਤਾ ਦੀ ਗੱਲ ਕੀਤੀ ਗਈ ਉਸ ਤੋਂ ਬਹੁਤ ਘੱਟ ਹੈ ਇਹ ਪੇਟਾਂ ਨਕਲੀ ਹੋਣ ਦੇ ਮਾਮਲੇ 'ਚ ਤਖਤ ਸ਼੍ਰੀ ਹਰਮੰਦਰ ਸਾਹਿਬ ਜੀ ਪੜਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਮੈਰਾਥਨ ਮੀਟਿੰਗ ਕਰਕੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਨੂੰ ਤਨਖਾਹਿਆ ਕਰਾਰ ਦਿੱਤਾ ਜਦਕਿ ਦਾਨਕਰਤਾ ਕਰਤਾਰਪੁਰ ਪੰਜਾਬ ਦੇ ਵਸਨੀਕ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੂੰ ਮਨਾ ਕਰਨ ਦੇ ਬਾਵਜੂਦ ਮੀਡੀਆ ਵਿੱਚ ਬਿਆਨ ਦੇਣ ਤੇ ਤਖਤ ਸ਼੍ਰੀ ਪੜਨਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਧਾਰਮਿਕ ਸਜ਼ਾ ਸੁਣਾਈ ਉਹਨਾਂ ਨੂੰ ਅਖੰਡ ਪਾਠ ਤੇ 1100 ਰੁਪਏ ਕੜਾ ਪ੍ਰਸ਼ਾਦ ਤੇ 3 ਦਿਨਾਂ ਤੱਕ ਭਾਂਡੇ ਦੇ ਜੂੜਾ ਕਰਦੇ ਵਿੱਚ ਸੇਵਾ ਕਰਨ ਦਾ ਦੇਸ਼ ਜਾਰੀ ਕੀਤਾ ਗਿਆ ਹੈ ਜਥੇਦਾਰ ਗਿਆਨੀ ਰਣਜੀਤ ਸਿੰਘ ਦੇ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਦੇ ਵੱਡੇ ਪੁੱਤਰ ਹਰਮਨਦੀਪ ਸਿੰਘ ਨੇ ਤਖਤ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੀ ਸਾਝੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪੰਜਾਬ ਦੇ ਵਿੱਚ ਬਦਲੇਗਾ ਮੌਸਮ ਅਗਲੇ 4 ਦਿਨਾਂ ਚ ਭਾਰੀ ਮੀਂਹ ਦੇ ਅਸਰ ਸਵੇਰੇ ਅਤੇ ਸ਼ਾਮ ਡਿੱਗੇਗਾ ਪਰ ਦਲੰਦਰ ਦੇ ਵਿੱਚ ਬੀਤੇ ਦਿਨ ਪਏ ਮੀਂਹ ਦੇ ਨਾਲ ਮੌਸਮ 'ਚ ਤਬਦੀਲੀ ਨਜ਼ਰ ਆਈ ਹੈ ਜੀ ਹਫਤੇ ਦੇ ਪਹਿਲੇ ਦਿਨ ਹੀ ਤੂਪ ਨਿਕਲੇਗੀ। ਠੰਡੀਆਂ ਹਵਾਵਾਂ ਚੱਲਣਗੀਆਂ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸ ਦੌਰਾਨ ਮੀਂਹ ਪੈਣ ਦੇ ਅਸਰ ਨੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦੇ ਵਿੱਚ ਇਹ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਪਿਛਲੇ ਹਫਤੇ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਸਹੀ ਸੀ। ਜੇਕਰ ਅਗਲੇ 4 ਦਿਨਾਂ ਚੋਂ ਭਵਿੱਖਬਾਣੀ ਸਹੀ ਰਹੀ ਤਾਂ ਤਾਪਮਾਨ 'ਚ ਭਾਰੀ ਗਰਰਾਵਟ ਦਰਜ ਕੀਤੀ ਜਾਵੇਗੀ। ਸਰਕਾਰ ਤੇ ਕਿਸਾਨ ਹਤੈਸ਼ੀ ਫੈਸਲਾ ਇਸ ਕਣਕ ਲਾਲ ਵਾਦੇ ਕਿ ਕਿਸਾਨਾਂ ਦੀ ਆਮਦਨ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ ਉਗਾਉਣੀਆਂ ਚਾਹੀਦੀਆਂ ਨੇ ਤਾਂ ਜੋ ਉਹਨਾਂ ਨੂੰ ਵੱਧ ਮੁਨਾਫਾ ਮਿਲ ਸਕੇ ਤੇ ਕਮਾਈ ਉਹਨਾਂ ਦੀ ਵੱਧ ਸਕੇ ਸੋ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਅਜਿਹੀ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਤਾਂ ਸਿਰਫ ਦਿਖਣ ਵਿੱਚ ਸਗੋਂ ਖਾਂਚੂ ਵੀ ਬੇਹੱਦ ਪੋਜ਼ਿਟਿਵ ਹੈ ਇਹ ਨਾਈ ਨਹੀਂ ਕਿਸਮ ਦੇ ਨਾਲ ਕਿਸਾਨਾਂ ਨੂੰ ਤਗੜਾ ਮੁਨਾਫਾ ਵੀ ਹੁੰਦਾ ਹੈ ਜੀ ਕਿਸਾਨਾਂ ਲਈ ਖੁਸ਼ਖਬਰੀ ਹੈ ਕਣਕ ਦੀ ਕਿਸ ਕਿਸਮਤ ਨੂੰ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਪੂਰੇ ਦੇਸ਼ ਦੇ ਵਿੱਚੋਂ ਕਲਬਦ ਕਣਕ ਦੀ ਸਭ ਤੋਂ ਮਹਿੰਗੀ ਪ੍ਰੀਮੀਅਮ ਕਿਸਮਾਂ ਜੀ ਹਾਂ ਅਸੀਂ ਸਰਵਤੀ ਕਣਕ ਦੀ ਗੱਲ ਕਰ ਰਹੇ ਹਾਂ ਜੋ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਪਸੰਦੀਦਾ ਕਿਸਮ ਹੈ ਮੱਧ ਪ੍ਰਦੇਸ਼ ਦੇ ਵਿੱਚ ਕਾਲੀ ਤੇ ਜੋਲੜ ਵਾਲੀ ਉਪਜਾਊ ਮਿੱਟੀ ਇਸ ਲਈ ਸੰਪੂਰਨ ਹੈ ਇਹ ਕਣਕ ਮੱਧ ਪ੍ਰਦੇਸ਼ ਦੇ ਨਰ ਸਿੰਘਪੁਰ ਹੌਂਸ਼ਾਗੰਦਾਬਾਦ ਹਰਦਾ ਸ਼ੋਕਨਗਰ ਪੋਪਾਲ ਤੇ ਮਾਲਵਾ ਜ਼ਿਲ੍ਹਿਆਂ ਦੇ ਵਿੱਚ ਬੀਜੀ ਜਾਂਦੀ ਇਸ ਤੋਂ ਇਲਾਵਾ ਇਹ ਮਧ ਪ੍ਰਦੇਸ਼ ਤੇ ਸੋਹਾਰ ਸ਼ਹਿਰ ਚ ਹੁੰਦੀ ਤੇ ਇਸ ਦੀ ਬਜਾਈ ਦਰ 35 ਕਿਲੋ ਪ੍ਰਤੀ ਏਕੜ ਹੈ 40 45 ਕਿਲੋ ਤੋਂ 40 ਗੱਲੋ ਹੈ ਮੂਸੇਵਾਲਾ ਕਤਲ ਦਾ ਲਿੰਕ ਖੰਨਾ ਨਾਲ ਵੀ ਜੁੜਿਆ ਦੁਰਾਹਾ ਤੇ ਪਿੰਡ ਰਾਜਗੜ੍ਹ ਵਿੱਚ ਐਨ ਆਈਏ ਵੱਲੋਂ ਛਾਪੇਮਾਰੀ ਪੰਜਾਤ ਹਵਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਤੋਂ ਮੂਸੇਵਾਲਾ ਦਾ ਕਤਲ ਦਾ ਕੇਸ ਦਾ ਲਿੰਕ ਖੰਨਾ ਪੁਲਿਸ ਦੀ ਜ਼ਿਲ੍ਹਾ ਆਦੀਨ ਦਰਾਹਾ ਤੇ ਪਿੰਡ ਰਾਜਗੜ੍ਹ ਵਿੱਚ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜੀ ਛਾਪੇਮਾਰੀ ਦਿੱਲੀ ਐਮਸੀਆਰ ਹਰਿਆਣਾ ਤੇ ਪੰਜਾਬ ਦੇ ਵਿੱਚ ਮਾਰੇ ਗਏ ਹਨ ਐਨ ਆਈਏ ਨੇ ਸਿੱਧੂ ਮੂਸੇਵਾਲਾ ਕਤਲ ਦਾ ਕਨੈਕਸ਼ਨ ਅਤਵਾਦੀ ਸਮੂਹਾਂ ਦੇ ਨਾਲ ਜੁੜੇ ਹੋਣ ਦੀ ਜਾਣਕਾਰੀ ਮਿਲੀ ਹੈ ਤੇ ਐਨ ਆਈਏ ਇਸ ਮਾਮਲੇ ਤੋਂ ਨੀਰਜ ਬਿਵਾਨਾ ਲਾਰੈਂਸ ਬਸ਼ਨੋਈ ਤੇ ਤਾਜਪੁਰੀਆ ਗੈਂਗ ਨਾਲ ਜੁੜੇ ਲੋਕਾਂ ਦੀ ਸੂਚੀ ਤਿਆਰ ਕੀਤੀ ਤੇ ਮੂਸੇਵਾਲਾ ਕਤਲ ਕੇਸ ਤੋਂ ਹੁਣ ਤੱਕ ਦੀ ਗ੍ਰਿਫਤਾਰੀ ਇੱਕ ਦੀ ਹੋ ਚੁੱਕੀ ਹੈ ਸਾਬਕਾ ਵਿਧਾਇਕ ਪਰਮਲ ਸਿੰਘ ਢੋਲਾ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਗਿਆ ਹੈ ਕਾਂਗਰਸ ਦੇ ਵਿੱਚੋਂ ਸਾਬਕਾ ਵਿਧਾਇਕ ਪਰਮਲ ਸਿੰਘ ਢੋਲਾ ਨੂੰ ਕੱਢ ਦਿੱਤਾ ਗਿਆ ਹੈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ੇ ਹਟਾ ਕੱਢ ਦਿੱਤਾ ਰਾਜਾ ਵੜਿੰਗ ਨੂੰ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਪੱਤਰ ਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਲੱਕੀ ਪੱਕੋ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਪਰਮਲ ਢੋਲਾ ਨੂੰ ਪਾਰਟੀ ਚੋਂ ਕੱਢੇ ਜਾਣ ਦੀ ਜਾਣਕਾਰੀ ਦੇਣਗੇ ਕਰਦਾ ਕੰਮ ਕਰਕੇ ਨੌਕਰੀ ਉੱਤੇ ਜਾਣਾ ਤਸ਼ੱਦਦ ਨਹੀਂ ਅਦਾਲਤ ਨੇ ਮਾਂ ਪੁੱਤ ਨੂੰ ਕੀਤਾ ਬਰੀ ਕਰਦੇ ਕੰਮ ਕਰਨ ਲਈ ਸਵੇਰੇ 4 ਵਜੇ ਉੱਠਣਾ ਫਿਰ ਕੰਮ ਉੱਤੇ ਜਾਣਾ ਤੇ ਸ਼ਾਮ ਨੂੰ ਵਾਪਸ ਪਰਤਣ ਉੱਤੇ ਕਰਦੇ ਕੰਮ ਕਰਨਾ ਤਸ਼ੱਦਦ ਨਹੀਂ ਬਲਕਿ ਉਸ ਦੀਆਂ ਜ਼ਿੰਮੇਵਾਰੀਆਂ ਦਾ ਹਿੱਸਾ ਹੈ ਮੋਬਾਈਲ ਦੀ ਸੈਸ਼ਨ ਅਦਾਲਤ ਨੇ 30 ਸਾਲਾ ਵਿਅਕਤੀ ਅਤੇ ਉਸ ਦੀ ਮਾਂ ਨੂੰ ਖੁਦਖੁਸ਼ੀ ਲਈ ਉਕਸਾਨ ਦੇ ਮਾਮਲੇ 'ਚ ਬਰੀ ਕਰਨ ਸਮੇ ਇਹ ਟਿੱਪਣੀ ਕੀਤੀ 2015 ਚੂ ਪਤਨੀ ਨੂੰ ਖੁਦਕੁਸ਼ੀ ਲਈ ਕਸਾਨ ਦਾ ਦੋਸ਼ ਅਤੇ ਉਸਦੀ ਮਾਂ ਤੇ ਵੀ ਇਸ ਮਾਮਲੇ ਦਾ ਸਹਿ-ਦੋਸ਼ੀ ਬਣਾਇਆ ਗਿਆ ਸੀ ਅਦਾਲਤ ਨੇ ਕਿਹਾ ਜੀ ਪ੍ਰਿਆੰਕਾ ਸ਼ਲਾਰ ਜੋ ਕਿ ਕਰੇਲੂ ਸਹਾਇਕ ਵਜੋਂ ਕੰਮ ਕਰਦੀ ਸੀ ਆਪਣੇ ਮਾਲਕ ਦੇ ਘਰ ਖੁਦਕੁਸ਼ੀ ਕਰ ਲਈ ਸੀ ਉਹ ਸਮਾਜ ਦੇ ਉਸ ਤਬਕੇ ਨਾਲ ਸਬੰਧ ਰੱਖਦੀ ਸੀ ਜਿੱਥੇ ਔਰਤਾਂ ਤੋਂ ਕਰੇਲੂ ਕਾਮਾਂ ਤੋਂ ਇਲਾਵਾ ਗੁਜ਼ਾਰਾ ਕਰਨ ਲਈ ਕੋਈ ਪੈਸਾ ਕਮਾਉਣ ਦੀ ਉਮੀਦ ਕੀਤੀ ਜਾਂਦੀ ਹੈ ਨਸ਼ੇ ਚ ਉਤਤ ਲੜਕੀ ਦੀ ਵੀਡੀਓ ਵਾਇਰਲ ਨੂੰ ਲੈ ਕੇ ਭਾਜਪਾ ਸੰਸਦ ਦਾ ਟਵੀਟ ਸਰਕਾਰ ਨੂੰ ਕੀਤਾ ਸਵਾਲ ਅੰਮ੍ਰਿਤਸਰ ਤੋਂ ਇੱਕ ਲੜਕੀ ਦੀ ਨਸ਼ੇ ਚ ਉਤਤ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਲੜਕੀ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਜੇ ਅਸਲ ਨੂੰ ਲੈ ਕੇ ਕਈ ਸਿਆਸਤਕੀ ਲੀਡਰਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਭਾਜਪਾ ਸੰਸਦ ਪ੍ਰਵੇਸ਼ ਸਾਹਿਬ ਸਿੰਘ ਨੇ ਟਵੀਟ ਕੀਤਾ ਜੀ ਪ੍ਰਵੇਸ਼ ਸਾਹਿਬ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਪੰਜਾਬ ਦੇ ਹਾਲਾਤ ਇੰਨੇ ਖਰਾਬ ਨੇ ਕਿ ਨਸ਼ਾ ਲੋਕਾਂ ਦੀ ਜਾਨ ਲੈ ਰਿਹਾ ਜਦੋਂ ਕਿ ਮਾਫੀਆ ਖਿਲਾਫ ਕਾਰਵਾਈ ਨੂੰਦੀ ਆ ਤਾਂ ਆਪ ਵਿਧਾਇਕ ਬਚਾ ਕਰਦੇ ਨੇ ਪੰਜਾਬ ਦੀਆਂ ਸਿਹਤ ਸਹੂਲਤਾਂ ਫਿਰ ਸਵਾਲਾਂ ਦੇ ਘੇਰੇ 'ਚ ਪ੍ਰਗਟ ਸਿੰਘ ਬੋਲੇ ਕਰੋੜਾਂ ਦੇ ਸਟਿਆਰ ਦੇਣ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਪੰਜਾਬ ਦੀਆਂ ਸਿਹਤ ਸਹੂਲਤਾਂ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਨੇ ਹਸਪਤਾਲ 'ਚ ਡਾਕਟਰਾਂ ਦੀ ਕਮੀ ਦਵਾਈਆਂ ਦੀ ਘਾਟ ਅਤੇ ਹੋਰ ਸੇਵਾਵਾਂ ਦਾ ਦਰਸਤ ਨਾ ਹੋਣਾ ਭਗਵੰਤ ਮਾਨ ਦੀ ਸਰਕਾਰ ਤੇ ਸਵਾਲ ਖੜੇ ਕਰ ਰਿਹਾ ਹਾਲਾਂਕਿ ਭਗਵੰਤ ਮਾਨ ਦੀ ਗਵਾਈ ਵਾਲੀ ਬਾਣ ਸਰਕਾਰ ਨੇ ਸੂਬੇ ਭਰ ਦੇ ਵਿੱਚ ਮਹੱਲਾ ਕਲੀਨਿਕ ਸ਼ੁਰੂ ਕੀਤੇ ਨੇ ਪਰ ਸਰਕਾਰੀ ਹਸਪਤਾਲਾਂ ਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਦੀ ਹਾਲਤ ਖਸਤਾ ਹੈ ਤੇ ਹੁਣ ਸਾਫਾ ਕੈਬਨਿਟ ਮੰਤਰੀ ਪਰਗੜ ਸਿੰਘ ਨੇ ਮਾਨ ਸਰਕਾਰ ਤੇ ਹਮਲਾ ਬੋਲਿਆ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਪੰਜਾਬ ਦੇ ਵਿੱਚ ਤੁਹਾਡੀਆਂ ਸਿਹਤ ਸਹੂਲਤਾਂ ਦੀ ਅਸਲੀਅਤ ਹੈ ਰੋਜ਼ਾਨਾ ਕਰੋੜਾ ਰੁਪਏ ਦੇ ਹਥਿਆਰ ਤਾਂ ਦਿੱਤੇ ਜਾ ਰਹੇ ਨੇ ਪਰ ਨਾ ਹੀ ਡਾਕਟਰ ਨੇ ਤੇ ਨਾ ਹੀ ਦਵਾਈਆਂ ਨੇ ਤਿਆਂ ਦੇ ਭਵਿੱਖ ਦੀ ਸਭ ਤੋਂ ਵਧੀਆ ਹੈ ਇਹ ਸਕੀਮ ਜਾਨੋ ਕਿੰਨੀਆਂ ਤਿਆਂ ਦਾ ਖੁੱਲ ਸਕਦਾ ਖਾਤਾ ਦੇਸ਼ ਵਿੱਚ ਬੇਟੀ ਬਚਾਓ ਬੇਟੀ ਪੜਾਓ ਅਜਿਹੇ ਅੰਦੋਲਨ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ ਸਰਕਾਰ ਵੀ ਤਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਕਈ ਸਕੀਮਾਂ ਚਲਾ ਰਹੀ ਆ ਤਾਂ ਜੋ ਮਾਤਾ ਪਿਤਾ ਤੇ ਉਸਦੇ ਪੜ੍ਹਾਈ ਦੇ ਬਿਅਾਂ ਆਦਲੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸਾਰੀਆਂ ਸਕੀਮਾਂ ਵਿੱਚ ਸਭ ਤੋਂ ਭਰੋਸੇਮੰਦ ਵਧੀਆ ਸਕੀਮਾਂ ਸੁਕੰਨਿਆ ਸਮ੍ਰਿਧੀ ਯੋਜਨਾ ਸੋ ਇਸ ਵਿੱਚ ਬੇਟੀ ਦੇ ਭਵਿੱਖ ਲਈ 18 ਸਾਲ ਤੱਕ ਜਮਾ ਪੈਸੇ ਕਰਵਾਉਣ ਦੇ ਜਦੋਂ ਬੇਟੀ 21 ਸਾਲ ਦੀ ਹੋ ਜਾਂਦੀ ਆ ਤਾਂ ਸਕੀਮ ਪੂਰੀ ਹੋ ਜਾਂਦੀ ਆ ਤੁਸੀਂ ਇੰਨਾ ਪੈਸੇ ਨੂੰ ਬੇਟੀ ਦੇ ਵਿਆਹ ਜਾਂ ਸਿੱਖਿਆ ਦੇ ਲਈ ਵਰਤ ਸਕਦੇ ਹੋ ਇਹ ਸਕੀਮ ਬੇਟੀਆਂ ਨੂੰ ਵਿੱਤੀ ਆਜ਼ਾਦੀ ਪ੍ਰਦਾਨ ਕਰਨ ਦੇ ਲਈ ਹੈ ਤੇ ਸਰਕਾਰੇ ਸਕੀਮ ਤੇ 7.6% ਵਿਆਜ ਦੇਰੀ ਜੋ ਕਿ ਫਿਕਸਡ ਡਿਪੋਜ਼ਿਟ ਤੋਂ ਜ਼ਿਆਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਜੋ ਕਰ ਰਹੇ ਵਿਦੇਸ਼ੀ ਨਿਵੇਸ਼ ਅਤੇ ਰੋਜ਼ਗਾਰ ਦੇ ਨਵੇਂ ਸਾਧਨਾਂ ਦੀ ਪਾਲ 8 ਦਿਨਾਂ ਲਈ ਚੱਲੇਗਾ ਮੀਟਿੰਗਾਂ ਦਾ ਦੌਰ ਸੋ ਦੁਪਹਿਰ ਸਮੇਂ ਉਹ ਮਿਊਨਿਕ ਪਹੁੰਚੇ ਜਿੱਥੇ ਜਰਮਨ ਅਧਿਕਾਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਅਸਰ ਜ਼ਾਹਰ ਕੀਤੀ ਕਿ ਇਸ ਦੌਰਾਨ ਉਹ ਜਰਮਨੀ ਅਤੇ ਪੰਜਾਬ ਦੀ ਵਪਾਰਕ ਸਾਂਝ ਵਧੇਗੀ ਸੂਬੇ ਦੇ ਵਿੱਚ ਰੋਜ਼ਗਾਰ ਤੇ ਮੌਕੇ ਪੈਦਾ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਦਿਨਾਂ ਫੇਰੀ ਦੌਰਾਨ ਵਪਾਰਕ ਮੇਲੇ ਨੂੰ ਸ਼ਮੂਲੀਅਤ ਕੀਤੀ ਗਈ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਖੋਲਿਆ ਮੋਰਚਾ ਅੱਜ ਪੰਜਾਬ ਭਰ ਦੇ ਵਿੱਚ ਦੇਣਗੇ ਧਰਨੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦਾ ਕਰਨਗੇ ਘਰਾਉ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ 16 ਜ਼ਿਲ੍ਹਿਆਂ ਚ 31 ਥਾਵਾਂ ਤੇ ਪ੍ਰਦਰਸ਼ਨ ਕਰੇਗਾ ਕਿਸਾਨਾਂ ਸੱਤ ਕੈਬਨਿਟ ਮੰਤਰੀਆਂ ਤੇ 24 ਵਿਧਾਇਕਾਂ ਦੇ ਘਰਾਂ ਦਾ ਘਰਾਉ ਕਰਨਗੇ ਇਸ ਦੌਰਾਨ ਆਮ ਆਦਮੀ ਪਾਰਟੀ ਨਹੀਂ ਸਗੋਂ ਸਾਰੀਆਂ ਪਾਰਟੀਆਂ ਦੇ ਚੁਣੇ ਹੋਏ ਵਿਧਾਇਕਾਂ ਦੇ ਘਰਾਂ ਦਾ ਘਰਾਉ ਕੀਤਾ ਜਾਵੇਗਾ ਕਿਸਾਨਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤੇ ਉਹਨਾਂ ਦੀਆਂ ਨੀਤੀਆਂ ਪੰਜਾਬ ਦੇ ਵਿਰੋਧੀ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਨੇ ਦੋਸ਼ ਲਾਇਆ ਕਿ ਸਰਕਾਰ ਨਹਿਰੀ ਪਾਣੀ ਨਿੱਜੀ ਹੱਥਾਂ ਵਿੱਚ ਦੇਣ ਜਾ ਰਹੀ ਹੈ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਿਸਾਨਾਂ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਪੰਜਾਬ ਦੇ ਵਿੱਚ ਕਾਰੋਬਾਰ ਮਾਹੌਲ ਹੋਣਾ ਬਹੁਤ ਜ਼ਰੂਰੀ ਆ 1000 ਏਕੜ ਰਕਬੇ ਜੋ ਬਣ ਵਾਲੇ ਪਾਰਕ ਦੇ ਨਾਲ ਸੂਬੇ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮਿਲੇਗਾ ਕਰੋੜਾਂ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਤੇ ਸੁਭਾਵਿਕ ਹੈ ਕਿ ਇਸ ਨਾਲ ਸੂਬੇ ਦੇ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ مالیਏ ਦੇ ਵਿੱਚ ਵਾਧਾ ਹੋਵੇਗਾ ਸੂਬੇ ਦੀ ਆਰਥਿਕ ਹਾਲਤ ਪਿਛਲੇ ਸਮੇਂ ਤੋਂ ਬਹੁਤ ਮਾੜੀ ਚੱਲ ਰਹੀ ਆ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ 20 ਹਜ਼ਾਰ ਕਰੋੜ ਰੁਪਏ ਦਾ ਵਿਆਜ ਦੇਣਾ ਪੈ ਰਿਹਾ ਹੈ ਸੁਖਪਾਲ ਖੈਰਾ ਨੇ ਸ਼ੇਰ ਕੀਤੀ ਭ੍ਰਸ਼ਟਾਚਾਰ ਸਬੰਧੀ ਆਰਡੀਓ ਇਸ ਕੈਬਨਿਟ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਪੁਲੱਤ ਤੋਂ ਵਿਧਾਇਕ ਸੁਖਪਾਲ ਖੈਰਾ ਨੇ ਐਤਵਾਰ ਨੂੰ ਭਗਵੰਤ ਮਾਨ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਫੌਦਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸ਼ੰਕਰਾਚਾਰੀਆ ਸਵਾਮੀ ਸਰੂਪਾਨੰਦ ਸਰਸਵਤੀ ਦਾ ਅਧਿਆਤ ਸ਼ੰਕਰਾਚਾਰੀਆ ਸਵਾਮੀ ਸਰੂਪਾਨੰਦ ਸਰਸਵਤੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਦੋ ਪੀਠ ਦੇ ਸ਼ੰਕਰਾਚਾਰੀਆਂ ਸਨ ਉਹਨਾਂ ਨੇ ساری ਉਮਰ ਸਨਾਤਨ ਧਰਮ ਦੀ ਰੱਖਿਆ ਲਈ ਕੰਮ ਕੀਤਾ స్వాਮੀ ਸਰੂਪਾਨੰਦ ਸਰਸਵਤੀ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਉਹਨਾਂ ਦੀ ਉਮਰ 99 ਸਾਲ ਸੀ ਕੱਲ੍ਹ ਜਾਂ ਦੇ ਵਿੱਚ ਬੀਏ ਕਰ ਰਹੇ ਪੀਐਮ ਰਾਜਪਾਲ ਤੇ ਧੋਨੀ ਐਡਮਿਟ ਕਾਰਡ ਤੇ ਛਪੀਆਂ ਤਸਵੀਰਾਂ ਵਾਇਰਲ ਬਿਹਾਰ ਦੇ ਵਿੱਚ ਇੱਕ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਐਡਮਿਟ ਕਾਰਡਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਗਜ ਕਰੈਕਟਰ ਮਹਿੰਦਰ ਧੋਨੀ ਤੇ ਬਿਹਾਰ ਦੇ ਰਾਜਪਾਲ ਫਾਗੂ ਚਹਾਉਂਦੀਆਂ ਤਸਵੀਰਾਂ ਸ਼ਾਪੀਆਂ ਗਿਆ ਨੇ ਇਹਨਾਂ ਵਿਦਿਆਰਥੀ ਮਾਦੂ ਬਾਨੀ ਸਮਸਤੀਪੁਰ ਅਤੇ ਬੇਗੂਸਰਾ ਜ਼ਿਲ੍ਹਿਆਂ ਚ ਸਥਿਤ ਗੋਲਾਂਚੂ ਬੀਏ ਦੇ ਤੀਜੇ ਸਾਲ ਦੇ ਵਿਦਿਆਰਥੀ ਦੱਸੇ ਨੇ ਇਹ ਸਾਰੇ ਕਾਲਜ ਲਲਿਤ ਨਾਰਾਇਣ ਮਿਥਲਾ ਯੂਨੀਵਰਸਿਟੀ ਨਾਲ ਸੰਬੰਧਤ ਹਨ ਜਿਨ੍ਹਾਂ ਦਾ ਹੈੱਡਕੁਆਰਟਰ ਦਰਪੰਗਾ ਦੇ ਵਿੱਚ ਹੈ ਯੂਨੀਵਰਸਿਟੀ ਦੇ ਰਜਿਸਟਰਾਰ ਮੁਸਤਾਕ ਅਹਿਮਦ ਨੇ ਕਿਹਾ ਜੀ ਇਹਨਾਂ ਬੇਨਸਮੀਆਂ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਲਾਰੈਂਸ ਬਸ਼ਨੋਈ ਖਰੜ ਅਦਾਲਤ ਵਿੱਚ ਪੇਸ਼ ਬਠਿੰਡਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਜੀ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਯੂਕਰੇਨ ਨੇ ਰੂਸੀ ਸੈਨਾ ਨੂੰ ਖਾਰਕੀਵ ਚੋਂ ਹਟਣ ਦੇ ਲਈ ਕੀਤਾ ਮਜਬੂਰ ਆਮ ਆਦਮੀ ਕਲੀਨਿਕਾਂ 'ਚ ਜੋ 10 ਦਿਨਾਂ ਦੇ ਅੰਦਰ 52000 ਦੀ OPD ਤੇ 5200 ਦੇ ਕਰੀਬ ਟੈਸਟ ਹੋਏ ਸਿਹਤ ਮੰਤਰੀ ਨੇ ਵੱਡਾ ਐਲਾਨ ਕਰ ਦਿੱਤਾ ਵੱਡਾ ਬਿਆਨ ਦੇ ਦਿੱਤਾ ਹੈ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕਰ ਦਿੱਤਾ ਹੈ ਜੀ ਵੱਡਾ ਐਲਾਨ ਜਾਣਨ ਦੇ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਮਿਲ ਜਾਵੇਗੀ ਧੰਨ